ਅਸਲਾਮ ਵਾਲੇਕੁਮ, ਕੀ ਹਾਲ ਚਾਲ ਹੈ? ਉਮੀਦ ਕਰਨਾ ਸਾਰੇ ਠੀਕ ਹੋ ਸਨ। ਅਤੇ ਮੈਂ ਅੱਜ ਕੰਮ ਤੋਂ ਵਾਪਸ ਆਇਆ, ਕਾਫੀ ਦਿਨਾਂ ਬਾਅਦ ਇਸ ਸਾਈਡ 'ਤੇ ਆਇਆ ਮੈਂ ਕਿ ਥੋੜ੍ਹੀ ਜਿਹੀ ਵੀਡੀਓ ਬਣਾ ਲਈ ਆਪਣੇ ਪਿੰਡ ਦੀ, ਇਹ ਨਾਲ ਤੁਹਾਡੇ ਨਾਲ ਸ਼ੇਅਰ ਕਰ ਦਈਏ। ਇਹ ਮੇਰਾ ਸੋਹਣਾ ਪਿੰਡ ਸ਼ੇਖ ਬੁਰਾਨ ਹੈ, ਜਿਸ ਤਰ੍ਹਾਂ ਵੇਖ ਸਕਦੇ ਹੋ ਸਾਵੇਂ ਬੋਰਡ ਵੀ ਲੱਗਿਆ ਹੋਇਆ। ਇਹ ਉਹ ਨਹਿਰ ਜਿੱਥੇ ਅਸੀਂ ਬਚਪਨ ਚੰਬਿਆ ਸੀ ਸਾਰੇ ਇੱਕੋ ਜਿਹੜੇ ਆ ਕੇ ਇੱਥੇ ਨਾਵਣਾ, ਬੜਾ ਮਜ਼ਾ ਕਰਨਾ, ਹੁਣ ਤੋਂ ਬਚਪਨ ਦੇ ਦਿਨ ਵੱਗ ਜਾਣ। ਲੇਕਿਨ ਕਦੀ ਉਹ ਵਕਤ ਆਈ ਇਸ ਨਹਿਰ 'ਤੇ ਆ ਕੇ ਅਸੀਂ ਨੰਬਦੇ ਸੀ ਨਹਿਰ 'ਤੇ ਨਾਵਣਾ, ਜਦੋਂ ਰੇਤ ਪੈ ਜਾਣੀ ਜੇਬਾਂ 'ਚ, ਉਸ ਤੋਂ ਬਾਅਦ ਦੁਬਾਰਾ ਟੂਏ ਲਈ ਜਾ ਕੇ ਨਾ ਲੈਣਾ। ਕਾਫੀ ਲੋਕ ਇਵੇਂ ਕਰਦੇ ਹਨ ਬੱਚੇ ਆਸੇ ਦੇ। ਇਹ ਇੱਥੋਂ ਸਾਡਾ ਪਿੰਡ ਸ਼ੁਰੂ ਹੋ ਗਿਆ, ਬਹੁਤ ਹੀ ਮਾਸ਼ਾਅੱਲਾ ਖੂਬਸੂਰਤ ਸਾਡਾ ਪਿੰਡ ਹੈ। ਅਤੇ ਮੈਂ ਕਿਹਾ ਅੱਜ ਤੁਹਾਡੇ ਨਾਲ ਹੀ ਸ਼ੇਅਰ ਕਰ ਦੇਈ। ਇਹ ਸਕੂਲ ਹੈ, ਇੱਕ ਸਾਈਡ 'ਤੇ ਲੜਕੀਆਂ ਦਾ ਸਕੂਲ ਹੈ, ਅਤੇ ਇਸ ਦੇ ਨਾਲ ਹੀ ਕਦੀ ਇਹ ਸਾਡਾ ਸਕੂਲ ਹੁੰਦਾ ਸੀ ਜੋ ਪ੍ਰਾਈਵੇਟ ਆਈ। ਅਤੇ ਇਹ ਉਹ ਗਲੀਆਂ ਜਿੱਥੇ ਸਾਡਾ ਬਚਪਨ ਗੁਜ਼ਰਿਆ ਹੈ, ਇਤਨਾ ਖੂਬਸੂਰਤ ਬਚਪਨ ਗੁਜ਼ਰਿਆ ਹੈ। ਅੱਜ ਇਤਨੇ ਦਿਨਾਂ ਬਾਅਦ ਇਸ ਗਲੀਆਂ 'ਚ ਗੁਜ਼ਰੇ ਹਾਂ, ਅਤੇ ਅਹਿਸਾਸ ਹੋਇਆ ਬਚਪਨ ਬਚਪਨ ਹੀ ਹੁੰਦਾ ਹੈ। ਇਹ ਸਾਡੇ ਮੋੜ, ਸਾਡੇ ਨੁਕਰਾਂ ਚੌਕ, ਜਿੱਥੇ ਅਸੀਂ ਸ਼ਾਮ ਟਾਈਮ ਬਣਦੇ ਸੀ ਇੱਕੋ ਜਿਹੇ ਖੇਡਦੇ ਸੀ, ਦੇ ਕੀ ਨਜ਼ਾਰੇ ਆਣ ਯਾਰ। ਲੇਕਿਨ ਇਹ ਸਰਕਾਰੀ ਪਿੰਡ ਨਹੀਂ ਹੈ, ਇਹ ਨਾ ਹੀ ਇਹਦੇ 'ਤੇ ਕੋਈ ਨੰਬਰ, ਇਸ ਵਾਸਤੇ ਇਹਦੇ ਚੌਕ ਗਲੀਆਂ ਛੋਟੀਆਂ ਛੋਟੀਆਂ, ਸਰਕਾਰੀ ਪਿੰਡਾਂ ਦੇ ਵਾਹ ਵਾਹ ਵੱਡੇ ਬਾਜ਼ਾਰ ਹੁੰਦੇ ਹਨ। ਅਤੇ ਇਹ ਹਰ ਕਿਸੇ ਦੀ ਆਪਣੀ ਜ਼ਮੀਨ ਆਈ, ਆਪਣੀ ਜਗ੍ਹਾ ਆਈ, ਜਿਵੇਂ ਕੋਈ ਬੈਠਾ ਹੈ ਉਵੇਂ ਉਹਨਾਂ ਘਰ ਬਣਾ ਲਿਆ। ਇਹ ਸਾਹਮਣੇ ਬੋਰਡ ਹੈ, ਬਹੁਤ ਪਿਆਰਾ ਯਾਰ ਮਾਹੌਲ ਹੈ ਪਿੰਡ ਦਾ।